ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਬੀ ਨੀਡਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਆਸਾਨ ਡਿਜ਼ਾਈਨ ਏਡ ਜੈਨ ਆਪਾਂ ਕਿਸੇ ਵੀ ਤਰ੍ਹਾਂ ਦੇ ਕਾਰਡੀਗਨ ਦੇ ਉੱਪਰ ਲੇਡੀਜ਼ ਕੋਟੀ ਜੈਕਟ ਦੇ ਉੱਪਰ ਕੁੜੀਆਂ ਦੇ ਸਕੀਵੀ ਟੌਪ ਦੇ ਉੱਪਰ ਜੈਂਟਸ ਸਵੈਟਰ ਦੇ ਉੱਪਰ ਬੱਚਿਆਂ ਦੇ ਕੋਟੀ ਸਵੈਟਰ ਦੇ ਉੱਪਰ ਵੀ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਇਹ ਅੱਜ ਵਾਲਾ ਆਪਣਾ ਇਹ ਡਿਜ਼ਾਈਨ ਬਣਾਉਣ ਲਈ ਆਪਾਂ 9-9 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਤੇ ਚਾਰ ਸਲਾਈ ਦਾ ਇਹ ਆਪਣਾ ਡਿਜ਼ਾਈਨ ਹੈ ਤੇ 9 9 ਦੇ ਹਿਸਾਬ ਨਾਲ ਆਪਾਂ ਕੁੰਡੇ ਲੈ ਕੇ ਤਿੰਨ ਕੁੰਡੇ ਵੱਧ ਲੈ ਲੈਣੇ ਨੇ ਤੇ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਇਹ ਹੈਗੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਇਸ ਤਰ੍ਹਾਂ ਆਪਾਂ ਬਿਨਾ ਬੁਣੇ ਉਤਾਰ ਕੇ ਦੋ ਕੁੰਡੇ ਉਲਟੇ ਇੱਕ ਦੋ ਧਾਗਾ ਪਿੱਛੇ ਕਰ ਲੈਣਾ ਤੇ ਅਗਲੇ ਆਹ ਚਾਰ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਤਿੰਨ ਕੁੰਡੇ ਛੱਡ ਕੇ ਆ ਚੌਥੇ ਕੁੰਡੇ ਨੂੰ ਆਪਾਂ ਅੱਗੇ ਲਿਆਵਾਂਗੇ ਇਸ ਤਰ੍ਹਾਂ ਪਿਛੋਂ ਦੀ ਤਿੰਨ ਕੁੰਡੇ ਆਪਾਂ ਪਿੱਛੇ ਲੈ ਗਏ ਇੱਕ ਕੁੰਡੇ ਨੂੰ ਆਪਾਂ ਅੱਗੇ ਲਿਆਏ ਤੇ ਇਹ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾ ਦੇਣੇ ਨੇ ਇੱਥੇ ਇੱਕ ਦੋ ਤੇ ਤਿੰਨ ਇਸ ਤਰ੍ਹਾਂ ਹੁਣ ਆਹ ਵਾਲੇ ਤਿੰਨ ਕੁੰਡਿਆਂ ਦੇ ਆਪਾਂ ਇੱਕ ਕੁੰਡਾ ਕਰ ਦੇਣਾ ਇਹ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਇਧਰ ਲਈ ਸਲਾਈ ਤੇ ਉਤਾਰ ਲੈਣਾ ਆਹ ਇੱਕ ਕੁੰਡਾ ਆਪਾਂ ਸਿੱਧਾ ਬੁਣ ਕੇ ਇਸ ਤਰ੍ਹਾਂ ਤੇ ਇਹ ਕੁੰਡਿਆਂ ਨੂੰ ਇਸ ਤਰ੍ਹਾਂ ਇਹਦੇ ਉੱਪਰ ਦੀ ਆਪਾਂ ਉਲਟਾ ਦੇਣਾ ਉਸ ਤੋਂ ਬਾਅਦ ਆਪਾਂ ਤਿੰਨ ਕੁੰਡੇ ਸਿੱਦੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਇਹੀ ਆਪਾਂ ਨੌ ਕੁੰਡਿਆਂ ਨੂੰ ਰਿਪੀਟ ਕਰਾਂਗੇ ਦੋ ਕੁੰਡੇ ਉਲਟੇ ਤੇ ਚਾਰ ਕੁੰਡੇ ਆਹ ਵਾਲੇ ਆਪਣੇ ਸਿੱਧੇ ਹੁਣ ਫੇਰ ਆਪਾਂ ਦੋ ਕੁੰਡੇ ਬਣਾਵਾਂਗੇ ਉਲਟੇ ਧਾਗਾ ਪਿੱਛੇ ਕਰ ਲੈਣਾ ਆਹ ਵਾਲੇ ਤਿੰਨ ਕੁੰਡਿਆਂ ਨੂੰ ਆਪਾਂ ਪਿੱਛੇ ਲੈ ਕੇ ਜਾਵਾਂਗੇ ਤੇ ਚੌਥੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਪਿਛੋਂ ਦੀ ਅੱਗੇ ਲਿਆਉਣਾਗਾ ਬਹੁਤ ਸੋਹਣਾ ਡਿਜ਼ਾਈਨ ਆ ਇਹ ਆਪਣਾ ਐਸਾ ਤੇ ਇਹ ਕੁੰਡੇ ਦੇ ਆਪਾਂ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾ ਦੇਣੇ ਨੇ ਇੱਕ ਵਾਰੀ ਬੁਣ ਲਿਆ ਫਿਰ ਬਲ ਮਾਰ ਲੈਣਾ ਤੇ ਇੱਕ ਵਾਰੀ ਆਪਾਂ ਇਹਨੂੰ ਫੇਰ ਬੁਣ ਦੇਣਾ ਇਹ ਇੱਕ ਕੁੰਡੇ ਦੇ ਆਪਣੇ ਤਿੰਨ ਕੁੰਡੇ ਬਣ ਗਏ ਤੇ ਆਹ ਵਾਲੇ ਤਿੰਨ ਕੁੰਡਿਆਂ ਦਾ ਭਾ ਇੱਕ ਕੁੰਡਾ ਕਰ ਦੇਣਾ ਇਸ ਤਰ੍ਹਾਂ ਦੋ ਕੁੰਡਿਆਂ ਨੂੰ ਪਹਿਲਾਂ ਆਪਾਂ ਇਧਰ ਲਈ ਸਲਾਈ ਤੇ ਉਤਾਰ ਲੈਣਾ ਤੀਜੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬੁਣ ਕੇ ਦੋ ਕੁੰਡਿਆਂ ਨੂੰ ਇਹਦੇ ਉੱਪਰ ਦੀ ਉਲਟਾ ਦੇਾਂਗੇ ਇਸ ਤਰ੍ਹਾਂ ਇਹ ਤਿੰਨ ਕੁੰਡਿਆਂ ਤੋਂ ਆਪਣਾ ਇੱਕ ਕੁੰਡਾ ਬਣ ਗਿਆ ਤਿੰਨ ਕੁੰਡੇ ਸਿੱਤੇ ਦੋ ਕੁੰਡੇ ਉਲਟੇ ਤੇ ਲਾਸਟ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬੁਣ ਦਿਆਂਗੇ ਹੁਣ ਆ ਗਏ ਆਪਾਂ ਡਿਜ਼ਾਈਨ ਦੀ ਦੂਜੀ ਸਲਾਈ ਤੇ ਬੈਕਸਾਈਡ ਆ ਇਹ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਕੇ ਜਿਹੜੇ ਆਪਾਂ ਉਧਰ ਦੋ ਕੁੰਡੇ ਉਲਟੇ ਬਣਾਏ ਨੇ ਉਹ ਸਿੱਧੇ ਬਣਾ ਲੈਣੇ ਨੇ 1 2 ਧਾਗਾ ਆਪਣੇ ਵੱਲ ਕਰ ਲੈਣਾ ਸੱਤ ਕੁੰਡੇ ਉਲਟੇ 1 2

ਦੋ ਕੁੰਡੇ ਸਿੱਧੇ ਤੇ ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਸਿੱਧਾ ਬਣ ਦਿਆਂਗੇ ਦੋ ਸਲਾਈਆਂ ਆਪਣੀਆਂ ਬਣ ਗਈਆਂ ਡਿਜ਼ਾਈਨ ਦੀਆਂ ਹੁਣ ਅਗੇ ਆਪਾਂ ਤੀਜੀ ਸਲਾਈ ਤੇ ਸਿੱਧੇ ਪਾਸੇ ਚਾਰ ਸਲਾਈ ਦਾ ਇਹ ਆਪਣਾ ਡਿਜ਼ਾਈਨ ਹੈ ਪਹਿਲਾ ਕੁੰਡਾ ਇਸ ਤਰ੍ਹਾਂ ਆਪਾਂ ਫੇਰ ਬਿਨਾਂ ਬੁਣੇ ਉਤਾਰ ਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰ ਲੈਣਾ ਹੁਣ ਆਪਾਂ ਇਧਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ 2 3 ਤਿੰਨ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਹੁਣ ਆ ਜਿਹੜੇ ਚਾਰ ਕੁੰਡੇ ਆ ਆਪਣੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉਲਟਾਵਾਂਗੇ ਹੁਣ ਆ ਤਿੰਨ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਅੱਗੇ ਲੈ ਕੇ ਆਵਾਂਗੇ ਔਰ ਆ ਵਾਲੇ ਜਿਹੜੇ ਕੁੰਡਾ ਮੂਰਲਾ ਇਹਨੂੰ ਆਪਾਂ ਪਿੱਛੇ ਲੈ ਜਾਾਂਗੇ ਇਹ ਵਾਲੇ ਮੂਰਲੇ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਇਧਰ ਲਈ ਸਲਾਈ ਤੇ ਤਾਰ ਕੇ ਇੱਕ ਕੁੰਡਾ ਪਹਿਲਾਂ ਸਿੱਧਾ ਬਣ ਲੈਣਾ ਫਿਰ ਆਹ ਵਾਲੇ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਦੀ ਉਲਟਾ ਦੇਾਂਗੇ ਇੱਕ ਕੁੰਡੇ ਦੇ ਤਿੰਨ ਕੁੰਡੇ ਇੱਕ ਦੋ ਤਿੰਨ ਦੋ ਕੁੰਡੇ ਉਲਟੇ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਆਪਾਂ ਆਵਲ ਕੁੰਡੇ ਨੂੰ ਹੁਣ ਪਿੱਛੇ ਲੈ ਕੇ ਜਾਣਾ ਤੇ ਆਹ ਤਿੰਨ ਕੁੰਡਿਆਂ ਨੂੰ ਆਪਾਂ ਅੱਗੇ ਲਿਆਵਾਂਗੇ ਇਸ ਤਰ੍ਹਾਂ ਅੱਲਾਪਾ ਮੂਰਲੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਇੱਧਰਲੀ ਸਲਾਈ ਤੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਤਿੰਨ ਕੁੰਡਿਆਂ ਚ ਤੇ ਇਹ ਵਾਲੇ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਇਹਨਾਂ ਦੇ ਉੱਪਰ ਦੀ ਉਲਟਾ ਦੇਾਂਗੇ ਇਸ ਤਰ੍ਹਾਂ ਇੱਕ ਕੁੰਡੇ ਦੇ ਤਿੰਨ ਕੁੰਡੇ ਕਰਦੇ ਆਂਗੇ ਦੋ ਕੁੰਡੇ ਉਲਟੇ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬੁਣਦੇ ਹਾਂ ਹੁਣ ਆਗੇ ਆਪਾਂ ਚੌਥੀ ਸਲਾਈ ਤੇ ਲਾਸਟ ਸਲਾਈ ਇਹ ਆਪਣੀ ਡਿਜ਼ਾਈਨ ਦੀ ਇਹ ਸਲਾਈ ਆਪਾਂ ਦੂਜੀ ਸਲਾਈ ਦੀ ਤਰ੍ਹਾਂ ਹੀ ਬਣਾਵਾਂਗੇ ਦੋ ਗੁੰਡੇ ਸਿੱਧੇ ਸੱਤ ਗੁੰਡੇ ਉਲਟੇ దో కుండే సమ కు ఉల్టే దో తి చార్ పత దో కు స ਲਾਸਟ ਵਾਲੇ ਗੁੰਡੇ ਨੂੰ ਵੀ ਆਪਾਂ ਸਿੱਧਾ ਬੁਣਦੇ ਹਾਂਗੇ। ਇਹੀ ਆਪਾਂ ਚਾਰ ਸਲਾਈਆਂ ਨੂੰ ਵਾਰ-ਵਾਰ ਰਿਪੀਟ ਕਰਨਾ। ਇਸ ਤਰ੍ਹਾਂ ਦੇਖੋ ਆਪਣਾ ਇਹ ਡਿਜ਼ਾਈਨ ਬਣਨ ਲੱਗ ਗਿਆ। ਇਹ ਜਿਹੜਾ ਆਪਾਂ ਚਾਰ ਸਲਾਈਆਂ ਵਾਰ-ਵਾਰ ਬਣਾਵਾਂਗੇ ਤੇ ਅੱਗੇ ਦੀ ਅੱਗੇ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਊਗਾ। ਉਮੀਦ ਆ ਤੁਸੀਂ ਡਿਜ਼ਾਈਨ ਨੂੰ ਜ਼ਰੂਰ ਪਸੰਦ ਕਰੋਗੇ। ਜੇਕਰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਤੇ ਸੌਖੇ ਡੀਜੈਂਡੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ